ਵਿਦੇਸ਼ ਵਿੱਚ ਬੈਠੇ ਕਈ ਸਿੱਖਾਂ ਨੇ ਪੁੱਛਿਆ ਕਈ ਵੇਰਾਂ, ਇੱਕ ਦੋ ਉਹਨਾਂ ਨੇ ਸੈਂਕੜੇ ਸਿੱਖਾਂ ਦੀਆਂ ਮਿਸਾਲਾਂ ਮੇਰੇ ਕੋਲ ਕਿ ਸੰਤ ਜੀ ਅਸੀਂ ਸ਼ਹੀਦਾਂ ਦੀ ਸੇਵਾ ਕਰਨੀ ਹੋਵੇ, ਸ਼ਹੀਦਾਂ ਦੇ ਪਰਿਵਾਰਾਂ ਦੀ ਕਿਵੇਂ ਕਰੀਏ, ਇਹ ਭਾਈ ਤੁਹਾਡਾ ਆਪਣਾ ਫਰਜ਼ ਹੈ, ਮੇਰਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਜਦੋਂ ਭਾਰਤੀ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਉਸ ਹਮਲੇ ਦੇ ਵਿੱਚ ਦਰਬਾਰ ਸਾਹਿਬ ਨੂੰ ਢੇਰ ਢੇਰੀ ਕਰ ਦਿੱਤਾ ਗਿਆ। 1984 ਦੇ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਸੀ। ਉਸ ਸੰਘਰਸ਼ ਦੇ ਵਿੱਚ ਪੰਜਾਬ ਦੇ ਲੱਖਾਂ ਹੀ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਆਪਣੇ ਲੋਕਾਂ ਦੇ ਲਈ, ਪੰਜਾਬ ਦੇ ਪਾਣੀਆਂ ਦੇ ਰਾਖੀ ਦੇ ਲਈ ਅਤੇ ਸਾਡੇ ਸਿੱਖੀ ਸਿਧਾਂਤਾਂ ਦੇ ਰਾਖੀ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀ। ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਪਰਿਵਾਰਾਂ ਦੀ ਦੇਖਭਾਲ ਕਰੀਏ, ਉਹਨਾਂ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰੀਏ ਜਿਨ੍ਹਾਂ ਦੇ ਬੱਚੇ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਂਦੇ ਹੋਏ ਸ਼ਹੀਦ ਹੋ ਗਏ। ਮੇਰਾ ਜੀ ਪੁੱਤਰ ਹੀ ਵੱਡਾ ਤੇ ਨੌਂ ਵੱਡੀ। ਮੇਰੇ ਡੈਡੀ ਦਾ ਨਾਮ ਸ਼ਹੀਦ ਭਾਈ ਧਰਮਜੀਤ ਸਿੰਘ ਜੀ। ਲੱਖਾ ਸਿੰਘ ਤੇ ਰਪਾਲ ਕੌਰ ਦੋਵੇਂ ਸ਼ਹੀਦ ਹੋਏ ਆ, ਉਹਨਾਂ ਦਾ ਬੱਚਾ ਵੀ ਨਾਲ ਮਾਰਿਆ ਗਿਆ ਜੋ। ਮੈਂ ਆਪਣੇ ਪਿਤਾ ਦਾ ਪਿਆਰ ਲਿਆ, ਮੈਂ ਉਹਨਾਂ ਨੂੰ ਦੇਖਿਆ ਵੀ ਨਹੀਂ ਵੀ ਉਹ ਕਿਵੇਂ ਦੇ। ਰੋਟੀ ਖਾਣੀ ਤਾਂ ਵੀ ਕਹਿਣਾ ਕਿ ਪਾਪਾ ਨੂੰ ਖਵਾਓ ਪਹਿਲੋਂ, ਫੋਟੋ ਦੇ ਉੱਤੇ ਰੋਟੀ ਰੱਖ ਦਿੰਦਾ ਹੁੰਦਾ ਸੀ ਕਿ ਮੰਮੀ ਪਾਪਾ ਨੂੰ ਰੋਟੀ ਖਵਾਓ ਪਹਿਲੋਂ। ਯੋਰ ਸੇਵਾ ਚੈਰਿਟੀ ਨੇ ਇਹ ਕਾਰਜ ਸ਼ੁਰੂ ਕੀਤਾ ਹੈ ਅਤੇ ਇਸ ਕਾਰਜ ਨੂੰ ਸਫਲ ਕਰਨ ਦੇ ਲਈ ਆਪ ਸਭ ਦੇ ਸਹਿਯੋਗ ਦੀ ਬਹੁਤ ਲੋੜ ਹੈ। ਅਸੀਂ ਉਹਨਾਂ ਮਾਵਾਂ ਦੇ ਪੁੱਤ ਬਣੀਏ, ਉਹਨਾਂ ਭੈਣਾਂ ਦੇ ਭਰਾ ਬਣੀਏ, ਉਹਨਾਂ ਬਜ਼ੁਰਗ ਮਾਂ ਪਿਓ ਦਾ ਸਹਾਰਾ ਬਣੀਏ ਜਿਨ੍ਹਾਂ ਦੇ ਬੱਚਿਆਂ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਿੱਖ ਸੰਘਰਸ਼ ਦੇ ਵਿੱਚ ਹਿੱਸਾ ਪਾਉਂਦੇ ਹੋਏ ਆਪਣੀਆਂ ਸ਼ਹਾਦਤਾਂ ਦਿੱਤੀਆਂ। ਅਤੇ ਅਸੀਂ ਜਿਹੜਾ ਕਾਰਜ ਸ਼ੁਰੂ ਕੀਤਾ ਹੈ ਇਹ ਤੁਹਾਡੇ ਮਦਦ ਦੇ ਨਾਲ ਹੀ ਸਿਰੇ ਚੜ੍ਹਨਾ ਹੈ ਅਤੇ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਉਹਨਾਂ ਪਰਿਵਾਰਾਂ ਦਾ ਸਹਾਰਾ ਬਣੋਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਤਸ਼ੱਦਦ ਨੂੰ ਹੰਢਾਇਆ ਅਤੇ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਦੇਸ਼ ਕੌਮ ਦੇ ਉੱਤੋਂ ਕੁਰਬਾਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।